ਵੀਰਿਓ ਖੜਿਆਂਗੇ ਪਟਿਆਲੇ ਸਟਾਕ ਸ਼ੋਅ ਦੇ ਵਿੱਚ ਤੀਜੇ ਪਾਰਟ ਦੇ ਵਿੱਚ ਸਵਾਗਤ ਹੈ ਤੁਹਾਡਾ ਤੇ ਗੱਲਬਾਤ ਕਰਦੇ ਆਂ ਕਤੂਰੇ ਦਿਖਾਉਣੇਗੇ ਰੇਟ ਕੀ ਆ ਮੁੰਡਿਆਂ ਦੇ ਨਾਲ ਗੱਲਬਾਤ ਕਰ ਦਾਂਗੇ ਵੀਰਾਂ ਦੇ ਨਾਲ ਸਤਿ ਸ਼੍ਰੀ ਅਕਾਲ ਵੀਰੋ ਸਤਿ ਸ਼੍ਰੀ ਅਕਾਲ ਜੀ ਅੱਛਾ ਕੀ ਹੈ ਬਾਈ ਆਪਣੇ ਕੋਲ ਸੇਲ ਦੇ ਲਈ ਜਰਮਨ ਸ਼ੈਫਰਡ ਨੇ ਵੀ ਬੀਗਲ ਨੇ ਪਾਗਾ ਗੋਲਡਨ ਹੈ ਟੀਬਕ ਨੇ ਪਮੇਰੀਅਨ ਤੀ ਉਹ ਵੇਖ ਕੇ ਜਿਹੜੇ ਆਪਣੇ ਹੱਥਾਂ ਚ ਨੇ ਕਿੰਨੀ ਕਿੰਨੀ ਏਜ ਆ ਇਹਨਾਂ ਦੀ ਇਹ 40-40 ਦਿਨ ਦੇ ਬੱਚੇ ਨੇ ਮੇਲ ਫੀਮੇਲ ਕਿਵੇਂ ਆ ਆਹ ਦੋ ਮੇਲ ਨੇ ਆਹ ਦੋ ਫੀਮੇਲਾਂ ਨੇ ਆਹ ਦੋਨੋਂ ਮੇਲ ਨੇ ਠੀਕ ਆ ਇਹ ਕਿਹੜੀ ਬਰੀਡ ਹੈ ਇਹ ਬੀਗਲ ਆ ਵੀਰੇ ਇਹ ਬੀਗਲ ਆ ਇਹ ਵੀ ਬੀਗਲ ਹੈ ਹਾਂਜੀ ਮੇਲ ਫੀਮੇਲ ਨੇ ਵੀ ਨਹੀਂ ਦੋਨੋਂ ਫੀਮੇਲ ਨੇ ਵੀਰੇ ਮੇਲ 6 ਲੋਕ ਠੀਕ ਆ ਲਓ ਵੀਰੋ ਰੇਟ ਕੀ ਰਹੂਗਾ ਜਿਹੜੇ ਆ ਨੇਗੇ ਇਹ ਵੀਰੇ ਆਪਾਂ ਦੇ ਦਾਂਗੇ 16-16 ਹਜ਼ਾਰ ਦਾ ਮੇਲ ਠੀਕ ਹੈ ਜਰਮਨ ਸ਼ੈਫਰਡ ਵਾਲਾ ਇਹ ਬੀਗਲ ਆਪਾਂ ਦੇ ਦਾਂਗੇ ਵੀਰੇ 14-14 ਹਜ਼ਾਰ ਦੇ ਫੀਮੇਲ 14-14 ਹਜ਼ਾਰ ਦੀ ਤੇ ਆ ਕੀ ਵੀਰੇ ਆਪਣਾ ਇਹ ਗੋਲਡਨ ਰੇਟੀ ਵੀ ਵੀਰੇ ਐਂਟਰਟੇਨਮੈਂਟ ਮੂਵੀ ਚ ਗੋਲਡਨ ਰੇਟੀ ਵੀਰੇ ਹਾਂ ਠੀਕ ਹੈ ਇਹਦਾ ਕੀ ਰੇਟ ਰਹੂ ਇਹ 16 ਹਜ਼ਾਰ ਦਾ ਮੇਲ ਵੀਰੇ 16 ਹਜ਼ਾਰ ਦਾ 16 ਹਜ਼ਾਰ ਦਾ ਮੇਲ ਹੈ ਹੈ ਉਹ ਜਿਹੜਾ ਪੱਗ ਬੈਠਾ ਨੀਚੇ ਉਹ ਵੀ ਦੇ ਆਪਾਂ ਦੇ ਦਾਂਗੇ 8 ਹਜ਼ਾਰ ਦੀ ਫੀਮੇਲ ਉਹ ਫੀਮੇਲ ਡੌਗ 8 ਹਜ਼ਾਰ ਦੀ ਫੀਮੇਲ ਆ ਲਓ 8 ਹਜ਼ਾਰ ਦੀ ਫੀਮੇਲ ਕਿੰਨੇ ਦਿਨਾਂ ਦੀ ਹੈ ਇਹ 35 ਦਿਨ ਦੀ ਹੈ ਵੀਰੇ 35 ਦਿਨ ਦੀ ਖਾਂਦੀ ਪੀਂਦੀ ਆਪਾਂ ਤੇ ਮੈਂ ਕੌਲੀ ਚ ਪਾ ਦਈਏ ਵੀਰੇ ਆਪਣੇ ਆਪ ਲੈਂਦੀ ਹੈ 20 ਦਿਨ ਤੋਂ ਆਪਣੇ ਆਪ ਡਾਈਟ ਲੈ ਰਹੀ ਹੈ ਠੀਕ ਹੈ ਲੈ ਵੀਰੋ ਦਿਖਾਈ ਦਰਸੇਮ ਬਹੁਤ ਸੋਹਣੀ ਚੀਜ਼ ਹੈ ਯਾਰ ਫੀਮੇਲ ਕਿਆ ਬਾਤ ਹੈ ਕੀ ਰੇਟ ਦੱਸਿਆ ਤਾਂ ਵੀਰੇ 8 ਹਜ਼ਾਰ ਦੀ ਫੀਮੇਲ ਵੀਰੇ ਇਹ 8 ਹਜ਼ਾਰ ਮਤਲਬ ਕਿ ਆਪਾਂ ਨੇ ਨਹੀਂ ਥੋੜਾ ਮੋਟਾ ਕਾਗ ਲਾਂਗੇ ਵੀਰੇ ਜਿਵੇਂ ਕੋਈ ਆਉਂਦਾਗਾ ਉਹ ਮੌਕੇ ਤੇ ਹੋ ਜਾਊਗਾ ਠੀਕ ਹੈ ਲਓ ਵੀਰ ਜੀ ਬਹੁਤ ਬਹੁਤ ਧੰਨਵਾਦ ਨੰਬਰ ਬੋਲ ਦਿਓ ਵੀਰੇ 7078723950 ਮਲੇਰਕੋਟਲੇ ਲਾਗੇ ਫਾਰਮ ਆਪਣਾ ਮਲੇਰਕੋਟਲੇ ਲਾਗੇ ਫਾਰਮ ਪਿੰਡ ਕਿਹੜਾ ਸੀ ਕੰਗਣਵਾਲ ਪਿੰਡ ਕੰਗਣਵਾਲ ਹਾਂਜੀ ਠੀਕ ਹੈ ਬਾਈ ਲੈ ਦਿਖਾਇਓ ਵੀਰੇ ਕੀ ਹੈ ਕੁਝ ਨਹੀਂ ਅੱਛਾ ਠੀਕ ਹੈ ਬਾਈ ਲਓ ਵੀਰੋ ਅੱਗੇ ਚੱਲ ਜਾਾਂਗੇ ਕੀ ਆ ਉਹ ਵੀ ਤੁਹਾਨੂੰ ਦਿਖਾਉਣਗੇ ਵੀਰਾਂ ਦਾ ਧੰਨਵਾਦ ਕਰ ਧੰਨਵਾਦ ਵੀਰੇ ਧੰਨਵਾਦ ਵੀਰੇ ਬਹੁਤ ਬਹੁਤ ਚਲੋ ਬਾਈ ਲਓ ਬਾਈ ਦਿਖਾਉਣਗੇ ਫੇਰ ਆਪਾਂ ਟੋਏ ਪਾਵਾਂ ਬਾਈ ਬਾਕੀ ਸਾਰੇ ਬੱਚੇ ਵੀ ਸੇਲ ਆ ਦੋ ਵੱਡੇ ਸੇਲ ਹਾਂਜੀ ਸਟਾਰਟ ਆਈ ਸਟੱਡ ਹੈ ਬਾਈ ਦੇ ਕੋਲੇ ਤੇ ਮਤਲਬ ਕਿ ਇਹਦੇ ਬਲੱਡ ਲਾਈਨ ਬਾਰੇ ਦੱਸ ਵੀਰੇ ਇਹ ਵੀਰੇ ਵਾਲੀ ਲਾਈਨ ਦੇ ਵਿੱਚੋਂ ਹੈ ਕਿਹੜੀ ਵਾਲੀ ਲਾਈਨ ਦੇ ਮੰਦੀ ਵਾਲੀ ਲਾਈਨ ਠੀਕ ਹੈ ਹਾਂਜੀ ਮਦਰ ਫਾਦਰ ਮਦਰ ਇਹਦੀ ਆਪਣੇ ਕੋਲ ਫਾਦਰ ਇਹਦੇ ਆਰਾਮ ਰਾਉਂ ਦੇ ਕੋਲ ਮੁੰਡੇ ਕੋਲ ਠੀਕ ਹੈ ਸਟੱਡ ਸਰਵਿਸ ਦਾ ਮਤਲਬ ਕੀ ਪ੍ਰੋਸੀਜਰ ਰਹਿੰਦਾਗਾ ਇਹਦੇ ਬੱਚੇ ਤੇ ਵੀ ਕਰ ਲੈਣੇ ਡੀਲ ਤੇ ਬਾਕੀ ਮੀਟਿੰਗ ਫੀਸ ਹੈ 8000 ਰੱਖੀ ਹੋਈ ਹੈ 8000 ਰੁਪਿਆ ਹਾਂਜੀ ਠੀਕ ਹੈ ਇਹਨੂੰ ਪੂਰਾ ਫਿਰ ਖਾ ਵੀਰੇ ਲੈ ਵੀਰੇ ਦੇਖ ਸਕਦੇ ਹੋਗੇ ਕਦੇ ਸ਼ੋਅ ਚ ਵੀ ਲੈ ਪਾਇਆ ਇਹਨਾਂ ਨੂੰ ਨਹੀਂ ਡੌਗ ਸ਼ੋਅ ਚ ਨਹੀਂ ਪਾਇਆ ਇਹ ਡੌਗ ਸ਼ੋਅ ਦੇ ਵਿੱਚ ਬਸ ਵੈਸੀ ਠੀਕ ਹੈ ਸੇਲ ਦੇ ਲਈ ਕੀ ਹੈ ਬਾਈ ਉਹ ਦਿਖਾ ਦੇ ਲੈ ਇਹਨੂੰ ਰੱਖ ਕੇ ਦੇ ਵਿੱਚ ਕੇਜ ਚ ਕੇਜ ਹੀ ਹੁੰਦਾ ਨਾ ਬਾਈ ਹਾਂਜੀ ਕੇਜ ਹੀ ਠੀਕ ਹੈ ਤੇ ਸੇਲ ਆਈ 8.5 ਮਹੀਨੇ ਦਾ ਬੱਚਾ ਹੈ 8.5 ਮਹੀਨੇ ਦਾ ਬੱਚਾ ਮੇਲ ਹੈ ਮੇਲ ਹੈ ਇਹ ਜ਼ਰੂਰ ਇਸ ਇਸੇ ਕੁੱਤੇ ਦਾ ਬੱਚਾ ਹੈ ਇਸੇ ਦਾ ਬੱਚਾ ਹੈ ਹਾਂਜੀ ਠੀਕ ਹੈ ਹਾਂਜੀ ਮਾਲ ਦੀ ਗੱਲ ਹੈ ਇਹ ਸਟਾਰਟ ਆਈ 1.5 ਕਿੰਨਾ ਰੁਪਏ ਮੰਗਦੇ ਉਹਦੇ ਇਹ ਦੇ ਦਾਂਗੇ ਆਪਾਂ 25000 ਦਾ 25000 ਹਾਂਜੀ ਤੇ ਇਹ ਕੀ ਹੈ ਇਹ ਕਲਚਰ ਪੌਮ ਮੇਲ ਆਈ ਇਹ ਸਟਾਰਟ ਆਈ ਵੀ ਮੇਲ ਹਾਂਜੀ ਸਟੱਡ ਹੈ ਹਾਂਜੀ ਠੀਕ ਕਿਸ ਤਰ੍ਹਾਂ ਦੀ ਬਰੀਡ ਹੈ ਬਾਈ ਕਿਸ ਤਰ੍ਹਾਂ ਦਾ ਐਕਸਪੀਰੀਅੰਸ ਆ ਤੁਹਾਡਾ ਇੱਥੇ ਬਹੁਤ ਵਧੀਆ ਬਰੀਡ ਆਈ ਬਾਕੀ ਛੋਟੀ ਬਰੀਡ ਹੈ ਸਾਹਮਣੀ ਸੌਖੀ ਆਈ ਹਾਂ ਤੇ ਸਾਹਮਣੀ ਸੌਖੀ ਬਿਮਾਰ ਬਹੁਤ ਘੱਟ ਹੁੰਦੇ ਆ ਵਧੀਆ ਬਰੀਡ ਆਈ ਰੱਖਣ ਵਾਸਤੇ ਹਾਂਜੀ ਠੀਕ ਇਹਦੀ ਕੀ ਡਿਮਾਂਡ ਹੈ ਰੱਖੀ ਹੈ ਇਹਦੀ 30000 ਹੀ 30000 ਹਾਂਜੀ ਮੌਕੇ ਤੇ ਹੋ ਜਾਊਗਾ ਮੌਕੇ ਤੇ ਹੋ ਜਾਊਗਾ ਥੋੜਾ ਬਹੁਤ ਮਾਨਤਾਨ ਕਰ ਦਾਂਗੇ ਬਾਈ ਕਹਿੰਦੇ ਆਪਾਂ ਮੌਕੇ ਤੇ ਇਹ ਬੱਚੇ ਸਾਰੇ ਇਹ ਬੱਚੇ ਨੇ ਅੜੜ ਕਲਰਾਂ ਚ ਆ ਗਏ ਆ ਬਾਈ ਸਾਰੇ ਅਲੱਗ ਅਲੱਗ ਕਲਰਾਂ ਦੇ ਵਿੱਚ ਆ ਜੀ ਆ ਫੀਮੇਲ ਬਾਰ ਦਾ ਕੰਮ ਆ ਬਾਈ ਕਿ ਹੋਮ ਬਰੀਡਿੰਗ ਆ ਹੋਮ ਬਰੀਡਿੰਗ ਦਾ ਜੀ ਅੱਛਾ ਹਾਂਜੀ ਆ ਸਾਰੀ ਹੋਮ ਬਰੀਡਿੰਗ ਆ ਹੋਮ ਬਰੀਡ ਦੇ ਬੱਚੇ ਫੀਮੇਲਾਂ ਘਰੇ ਰਹਿੰਦੇ ਆ ਉਹਨਾਂ ਦੇ ਬੱਚੇ ਸੇਲ ਕਰੀ ਦੇ ਠੀਕ ਹੈ ਜਿਵੇਂ ਆ ਨੇ ਆਪਣੇ ਕੋਲੇ ਕਿੰਨੀ ਕਿੰਨੀ ਏਜ ਦੇ ਨੇ ਇਹ 2.5 ਮਹੀਨੇ ਦੇ ਬੱਚੇ ਜਿਵੇਂ ਆ ਬਲੈਕ ਵਾਲਾ ਹਾਂਜੀ ਇਹ ਫੀਮੇਲ ਹੈ ਜਟ ਬਲੈਕ ਫੀਮੇਲ ਹੈ ਹਾਂਜੀ ਠੀਕ ਹੈ ਕਿੰਨੀ 2.5 ਮਹੀਨੇ ਦੀ 2.5 ਮਹੀਨੇ ਦੀ ਅੱਛਾ ਇਹਦਾ ਕੀ ਡਿਮਾਂਡ ਹੈ ਇਹ ਡਿਮਾਂਡ 12000 ਹੈ ਇਹਦੀ ਇਹਦੀ 13000 ਮੇਲ ਆਈ ਹੈ ਇਹ 13000 ਮੇਲ ਏਜ ਏਜ 2.5 ਮਹੀਨੇ ਦੀ ਵੀ ਇਹ 2.5 ਮਹੀਨੇ ਦੀ ਲੈ ਬਾਈ ਤੁਸੀਂ ਇੱਕ ਵਾਰ ਇੱਥੋਂ ਥੱਲੋਂ ਦੀ ਸਾਰਿਆਂ ਦੇ ਮਾਰ ਦੇ ਕੈਮਰਾ ਹਾਂਜੀ ਕੁੱਲ 2.5 ਇੱਕ ਮੰਥ ਦੇ ਮੰਨ ਕੇ ਚੱਲੀਏ ਤਕਰੀਬਨ 2.5 ਮਹੀਨੇ ਦੇ ਆਈ ਕਿੰਨੇ ਮੇਲ ਫੀਮੇਲ ਨੇ ਚ ਇਹਦੇ ਵਿੱਚ 4 ਮੇਲ ਆਈ ਤੇ 3 ਫੀਮੇਲ ਆਈ
ਚਾਰ ਮੇਲ ਤਿੰਨ ਫੀਮੇਲ ਲੈ ਬਾਈ ਉਹ ਸੇਲ ਦੇ ਲਈ ਨੇ ਨੰਬਰ ਦੇ ਦੇ ਬਾਈ ਫਿਰ ਨੰਬਰ 9794933393 ਦੁਬਾਰੇ ਫਿਰ ਬੋਲ ਦੇ 9794933393 ਲੋ ਵੀਰ ਦੇ ਨਾਲ ਗੱਲਬਾਤ ਕਰ ਲਿਓ ਜਿਹੜੇ ਵੀਰ ਨੇ ਕੋਈ ਖਰੀਦਣਾ ਬਾਈ ਦੇ ਨਾਲ ਖਰੀਦ ਸਕਦੇ ਹੋ ਗੱਲਬਾਤ ਵੀ ਕਰ ਸਕਦੇ ਹੋ ਬਾਈ ਦੇ ਨਾਲ ਇੱਧਰ ਆ ਜਾ ਬਾਈ ਤਰਸੇਮ ਇੱਧਰ ਓਕੇ ਵੀਰੇ ਇੱਧਰ ਮਾਰ ਦੇ ਕੈਮਰਾ ਥੋੜ੍ਹਾ ਜਿਹਾ ਬਾਈਆਂ ਦੇ ਨਾਲ ਗੱਲਬਾਤ ਕਰ ਦਿਆਂਗੇ ਬਾਈ ਸਤਿ ਸ਼੍ਰੀ ਅਕਾਲ ਜੀ ਪਟਿਆਲਾ ਜੀ ਲੋ ਵੀਰੋ ਸੈਂਟ ਬਰਨਾਰਡ ਦਿਖਾਉਣਗੇ ਤੁਹਾਨੂੰ ਬਾਈਆਂ ਦੇ ਨਾਲ ਗੱਲਬਾਤ ਕਰ ਦਿਆਂਗੇ ਫੜ ਸਕਦੇ ਬਾਈ ਦਿੱਕਤ ਤਾਂ ਨੀ ਕੋਈ ਵੱਢਦਾ ਤਾਂ ਨਹੀਂ ਠੀਕ ਹੈ ਕੀ ਨਾਮ ਹੈ ਬਾਈ ਕਿਹੜਾ ਪਿੰਡ ਹੈ ਜੋਤੀ ਹੈ ਵੀਰੇ ਜਲਾਲਪੁਰ ਪਿੰਡ ਤੋਂ ਜਲਾਲਪੁਰ ਪਿੰਡ ਤੋਂ ਮੰਡੀ ਗੋਬਿੰਦਗੜ੍ਹ ਦੇ ਲਾਗੇ ਮੰਡੀ ਗੋਬਿੰਦਗੜ੍ਹ ਦੇ ਲਾਗੇ ਅੱਜ ਇੱਥੇ ਸ਼ੋਅ ਦੇ ਲਈ ਲੈ ਕੇ ਆਏ ਆਪਾਂ ਇਹ ਡੌਗ ਹਾਂਜੀ ਵੀਰੇ ਉੱਦਾਂ ਮੀਟਿੰਗਾਂ ਕਰਾਉਣੇ ਤੋਂ ਆਪਾਂ ਅੱਛਾ ਤੇ ਵੈਸੇ ਦਿਖਾਉਣ ਲਈ ਲੈ ਕੇ ਆਂਦਾ ਜੀ ਠੀਕ ਹੈ ਕਿੰਨੀ ਕੇਜ ਦਾ ਡੌਗ ਹੈ ਬਾਈ ਇਹ 20 ਮਹੀਨਿਆਂ ਦਾ ਹੋਇਆ ਜੀ 20 ਮਹੀਨਿਆਂ ਦਾ ਇੱਕ ਵਾਰ ਖੋਲ ਕੇ ਦਿਖਾ ਦਈਏ ਬਾਈ ਇੱਧਰ ਕੋਈ ਦਿੱਕਤ ਤਾਂ ਨਹੀਂ 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 ਕੋਈ ਦਿੱਕਤ ਨਹੀਂ ਹੈ ਜੀ ਕਈ ਵਾਰ ਹੁੰਦਾ ਵੀ ਤੁਸੀਂ ਨੇ ਕੁੱਤੇ ਹੁੰਦੇ ਇੱਕ ਥੋੜਾ ਜਿਹਾ ਕਰੂਗਾ ਅੱਛਾ ਹਾਂਜੀ ਕਹੋਂ ਤਾਂ ਥੋੜਾ ਗੇੜਾ ਦੇ ਸਕਦੇ ਇੱਥੇ ਹਾਂ ਇੱਥੇ ਥੋੜਾ ਜਿਹਾ ਗੇੜਾ ਲਾਡੀ ਕਰੀ ਪਰੇ ਮਾੜਾ ਲੋ ਵੀਰੋ ਬਾਈ ਨੂੰ ਵੀ ਖਾਸ ਹੈ ਬਾਈ ਇਹਦਾ ਤਾਂ ਯਾਰ ਹੈ ਕੌਂਟਲ ਹੈ ਕੌਂਟਲ ਦੇ ਕਰੀਬ ਆ ਜਾਂਦਾ ਲੈ ਜਾਂਦਾ ਉਹ ਤੂੰ ਕਿਹਦਾ ਬਾਈ ਹਾਂਜੀ ਹਾਂ ਮਾੜੇ ਬੰਦਾ ਮੇਰੇ ਵਰਗਾ ਤਾਂ ਨਹੀਂ ਲੈ ਬਾਈ ਆ ਜਾਓ ਆ ਬੰਦੇ ਬਾਈ ਫਿਰ ਹੈ ਪੈਰੀ ਵੱਡੇ ਭਾਰ ਨਹੀਂ ਕਿ ਤਾਂ ਬਾਈ ਖਰਾਕ ਵੀ ਖਾਸੀ ਖਾਂਦਾ ਯਾਰ ਇਹਦਾ ਖਰਾਕ ਚੱਲੀ ਜਾਂਦਾ ਜੀ ਵੈਸੇ ਖਰਾਕ ਦਾ ਹਿਸਾਬ ਆਪਣੇ ਕੋਲ ਹੈ ਨਹੀਂ ਕੋਈ ਨਹੀਂ ਜਿਵੇਂ ਖੁਰਾਕ ਕਿਸ ਤਰ੍ਹਾਂ ਦੀ ਰਹਿੰਦੀ ਹੈ ਵੀ ਵੈਜ ਨੌਨ ਵੈਜ ਆਪਾਂ ਨੌਨ ਵੈਜ ਦਿੰਦੇ ਹਾਂ ਜੀ ਅੱਛਾ ਚਿਕਨ ਦਿੰਦੇ ਹਾਂ ਤਕਰੀਬਨ ਇੱਕ ਦਿਨ 'ਚ ਕਿਲੋ ਚਿਕਨ ਹਾਂ ਅਤੇ ਬਾਕੀ ਦਹੀਂ ਦੁਹੀਂ ਹੋ ਜਾਂਦਾ ਰੋਟੀਆਂ ਹੋ ਜਾਂਦੀਆਂ ਜੀ ਤੇ ਚਿਕਨ ਦੇ ਵਿੱਚ ਆਪਾਂ ਚੌਲ ਬੋਇਲ ਕਰਕੇ ਪਾ ਸਕਦੇ ਹਾਂ ਇਹੀ 'ਚ ਰੱਖ ਦਿਆਂਗੇ ਬਰੀਡ ਨਹੀਂ ਰਟੀਵਰ ਵੀ ਹੈ ਜੀ ਲਾਇਬ੍ਰੇਰੀ ਵੀ ਨੇ ਰਟੀਵਰ ਲਾਇਬ੍ਰੇਰੀ ਹਾਂਜੀ ਹਾਂਜੀ ਠੀਕ ਹੈ ਸਟਾਰਟ ਸਰਵਿਸ ਕੀ ਰਹਿੰਦੀ ਹੈ ਫਿਰ ਬਾਈ ਕਰੋਸਿੰਗ ਜਿਹੜੀ ਬੱਚਾ ਲੈਂਦੇ ਹਾਂ ਜੀ ਅੱਛਾ ਬੱਚਾ ਲੈਣਾ ਹਾਂਜੀ ਹਾਂਜੀ ਬੱਚਾ ਲੈਣਾ ਮੇਲ ਫੀਮੇਲ ਕੁਝ ਵੀ ਲੈ ਸਕਦਾ ਨਹੀਂ ਮੇਲ ਹੀ ਲਈਦਾ ਜੀ ਅੱਛਾ ਮੇਲ ਹੀ ਲਈਦਾ ਹਾਂਜੀ ਹਾਂਜੀ ਠੀਕ ਹੈ ਇਹਦਾ ਰਿਜ਼ਲਟ ਕਿਸ ਤਰ੍ਹਾਂ ਦਾ ਰਿਹਾ ਇਹਦਾ ਰਿਜ਼ਲਟ 8-10 ਬੱਚੇ ਆਈ ਜਾਂਦੇ ਨੇ ਜੀ ਹਾਂਜੀ ਦੋ ਬੱਚੇ ਪਏ ਨੇ ਤੇ ਉਹ ਮੇਲ ਲਿਆਂਦੇ ਸੀਗੇ ਜੀ ਠੀਕ ਹੈ ਹਾਂਜੀ ਉਹਦਾ ਇਹਦੀ ਬਲੱਡ ਲਾਈਨ ਕਿਹੜੀ ਹੈ ਬਾਈ ਇਹ ਸੁਲਤਾਨ ਦਾ ਬੱਚਾ ਜੀ ਸੁਲਤਾਨ ਦਾ ਬੱਚਾ ਹੈ ਹਾਂਜੀ ਸੁਲਤਾਨ ਦੀ ਬਲੱਡ ਲਾਈਨ ਹਾਂਜੀ ਹਾਂਜੀ ਠੀਕ ਹੈ ਬਾਈ ਹੈ ਠੀਕ ਹੈ ਜੀ ਓਕੇ ਭਰਾ ਆਏ ਉਧਰ ਲੈ ਆ ਇਧਰ ਮਾਰ ਦੇ ਲੈ ਬੇ ਬੋਲ ਦੇ ਬਾਈ ਬਾਈ ਦਾ ਨੰਬਰ ਲੈ ਲਓ ਵੀਰੇ ਉਹ ਬਾਈ ਦੇ ਜੇ ਕਿਸੇ ਵੀਰ ਨੇ ਮਤਲਬ ਕਿ ਆਪਣੀ ਫੀਮੇਲ ਮੀਟਿੰਗ ਦੇ ਲਈ ਕਰਾਉਣੀ ਨੰਬਰ ਹੈਗਾ 9563914949 ਠੀਕ ਹੈ ਬਾਈ ਓਕੇ ਇੱਧਰ ਆਪਣੇ ਕੋਲ ਖੜੇ ਨੇਗੇ ਸਰਦਾਰ ਨੌਜਵਾਨ ਮੁੰਡੇ ਬਹੁਤ ਵਧੀਆ ਮਤਲਬ ਕਿ ਕਾਫੀ ਸਮੇਂ ਤੋਂ ਆਪਣੇ ਇਹ ਡੌਗ ਲਈ ਖੜੇ ਨੇਗੇ ਤੇ ਇਹਨਾਂ ਦੇ ਨਾਲ ਗੱਲਬਾਤ ਕਰਦੇ ਹਾਂ ਪੜਦੇ ਤਾਂ ਨਹੀਂ ਬਾਈ ਮੈਨੂੰ ਨਾ ਜੀ ਜਮਾ ਨਹੀਂ ਪੜਦੇ ਕੀ ਨਾਮ ਵੀਰ ਦਾ ਮਨਿੰਦਰਜੀਤ ਸਿੰਘ ਹੈ ਜੀ ਕਿਹੜਾ ਪਿੰਡ ਹੈ ਖਰੌੜਾ ਜੀ ਖਰੌੜਾ ਅੱਛਾ ਜ਼ਿਲ੍ਹਾ ਫਤਿਹਗੜ੍ਹ ਸਾਹਿਬ ਜ਼ਿਲ੍ਹਾ ਫਤਿਹਗੜ੍ਹ ਸਾਹਿਬ ਹੈ ਹਾਂਜੀ ਠੀਕ ਹੈ ਇਹ ਆਪਣੇ ਕੀ ਚੀਜ਼ ਮਤਲਬ ਕਿ ਰਿਟੀਵਰ ਦੇ ਵਿੱਚ ਸਟੱਡ ਹੈ ਜੀ ਇਹ ਸਟੱਡ ਹੈ ਡੇਢ ਸਾਲ ਦਾ ਜੀ ਡੇਢ ਸਾਲ ਦਾ ਸਟੱਡ ਹੈ ਇੰਡੀਆ ਦੇ ਚੈਂਪੀਅਨ ਦਾ ਬੱਚਾ ਜੀ ਗੋਲਡ ਬੈਨ ਦਾ ਕਿਹੜੇ ਦਾ ਗੋਲਡ ਬੈਨ ਹੈ ਜੀ ਇੰਡੀਆ ਦਾ ਚੈਂਪੀਅਨ ਕੁੱਤਾ ਅੱਛਾ ਉਹਦਾ ਬੱਚਾ ਜੀ ਉਹਦਾ ਬੱਚਾ ਇਹ ਇਹ ਤਿੰਨੋ ਉਹਦੇ ਹੀ ਬੱਚੇ ਨੇ ਇਹ ਤਿੰਨੇ ਉਹਦੇ ਬੱਚੇ ਨੇ ਹਾਂਜੀ ਠੀਕ ਹੈ ਇਹ ਵੱਡਾ ਇਹ ਹਾਂਜੀ ਇਹ 8-8 ਮਹੀਨੇ ਦੇ ਅੱਛਾ ਤਿੰਨੋ ਮੇਲ ਨੇ ਉਹ 8-8 ਮਹੀਨੇ ਦੇ ਨੇ ਤਿੰਨੇ ਮੇਲ ਨੇ ਹਾਂਜੀ ਸਟੱਡ ਸਰਵਿਸ ਇਹਦੀ ਇਹਦੀ ਹੈ ਜੀ ਅੱਛਾ ਉਹਨਾਂ ਦੀ ਹਲੇ ਹੈ ਨਹੀਂ ਉਹ ਹਜੇ ਛੱਡਣ ਨਹੀਂ ਲੱਗੇ ਛੱਡਣ ਨਹੀਂ ਲੱਗੇ ਫਿਰ ਅੱਜ ਇੱਥੇ ਸ਼ੋਅ ਦੇ ਵਿੱਚ ਲੈ ਕੇ ਆਏ ਹੋ ਬਾਈ ਹਾਂ ਵੈਸੇ ਸ਼ੋਅ ਕਰਨ ਤਿੰਨਾਂ ਨੂੰ ਹਾਂਜੀ ਵੈਸੇ ਹੀ ਸ਼ੋਅ ਕਰਨ ਲੈ ਕੇ ਆਏ ਹਾਂਜੀ ਚਾਰ ਆ ਜੀ ਇੱਕ ਬਲੂ ਦਾ ਬੱਚਾ ਹੈਗਾ ਆਪਣੇ ਕੋਲ ਠੀਕ ਹੈ ਜੀ ਹਾਂਜੀ ਚਲੋ ਬਾਈ ਬਾਈ ਦਾ ਨੰਬਰ ਵੀ ਦੱਸ ਦੇ ਵੀਰੇ 6284-14448 ਜੀ ਠੀਕ ਹੈ ਬੱਚੇ ਤਾਂ ਨਹੀਂ ਹੁੰਦੇ ਕੈਸ਼ ਮੀਟਿੰਗ ਲੈਣੇ ਆ ਜੀ ਕੈਸ਼ ਮੀਟਿੰਗ ਹਾਂ 25000 ਰੁਪਏ 25000 ਰੁਪਏ ਬਾਈ ਕਹਿੰਦੇ ਕੈਸ਼ ਮੀਟਿੰਗ ਲੈਣੇ ਆਗੇ ਚਲੋ ਧੰਨਵਾਦ ਵੀਰੇ ਹੈ ਠੀਕ ਹੈ ਵੀਰੇ ਥੈਂਕ ਯੂ ਵੀਰੇ ਲੋ ਵੀਰੋ ਬਾਈ ਖੜੇ ਨੇ ਆਪਣੇ ਕੋਲ ਇਹਨਾਂ ਦੇ ਵੀ ਆਪਾਂ ਤੁਹਾਨੂੰ ਬੱਚੇ ਦਿਖਾਉਣਗੇ ਤੇ ਗੱਲਬਾਤ ਕਰਦੇ ਆ ਵੀ ਕਿਹੜੀ ਬਰੀਡ ਦੇ ਵਿੱਚ ਹੋਣਗੇ ਸਤਿ ਸ਼੍ਰੀ ਅਕਾਲ ਬਾਈ ਜੀ ਸਤਿ ਸ਼੍ਰੀ ਅਕਾਲ ਵੀਰੇ ਅੱਛਾ ਕੀ ਨਾਮ ਵੀਰੇ ਗੁਰਪ੍ਰੀਤ ਸਿੰਘ ਹੈ ਵੀਰੇ ਗੁਰਪ੍ਰੀਤ ਸਿੰਘ ਪਿੰਡ ਕਿਹੜਾ ਨਾਭੇ ਦੀਰ ਪਿੰਡ ਹੈ ਵੀਰੇ ਮੱਲੇਵਾਲਾ ਅੱਛਾ ਪਟਿਆਲਾ ਡਿਸਟ੍ਰਿਕਟ ਹੈ ਹਾਂਜੀ ਡਿਸਟ੍ਰਿਕਟ ਪਟਿਆਲਾ ਠੀਕ ਹੈ
ਕੀ ਬਈ ਇਹ ਆਪਣੇ ਕੋਲੇ ਸੇਲ ਦੇ ਲਈ ਸੇਲ ਦੇ ਲਈ ਰੋਡ ਵੀਲਰ ਹੈ ਜੀ ਰੋਡ ਵੀਲਰ ਜੀ ਰੋਡ ਵੀਲਰ ਹਾਂਜੀ ਮੇਲ ਹੈ ਜਾਂ ਫੀਮੇਲ ਹੈ ਵੀਰੇ ਪੰਜ ਮੇਲ ਹੈ ਜੀ ਇੱਕ ਫੀਮੇਲ ਹੈ ਪੰਜ ਮੇਲ ਇੱਕ ਫੀਮੇਲ ਹਾਂਜੀ ਵੀਰੇ ਠੀਕ ਹੈ ਕਿੰਨੇ ਕਿੰਨੇ ਏਜ ਦੇ ਹੋਣੇ ਇਹਨਾਂ ਦੀ ਏਜ ਹੈ ਕਿ ਵੀਰੇ 35 ਦਿਨ ਜੀ 35 ਦਿਨ ਦੇ ਸਾਰੇ ਹਾਂਜੀ ਹਾਂਜੀ ਠੀਕ ਹੈ ਕੀ ਰੇਟ ਹੈ ਵੀਰੇ ਆਪਣਾ ਇਹਨਾਂ ਦਾ ਵੀਰੇ ਮੇਲ ਦੀ ਡਿਮਾਂਡ ਕਰਦੇ ਹਾਂ 18000 ਰੁਪਏ ਮੇਲ ਦੀ 18 ਫੀਮੇਲ ਦੀ 14000 ਰੁਪਏ ਫੀਮੇਲ ਦੀ 14000 ਮੌਕੇ ਤੇ ਹੋਊਗਾ ਮਾਨਦਾਨ हां मानदान बेरे मौके ते कर दंगे जो कोई इंटरेस्टेड होऊगा ठीक है सारे बच्चे इको होम ब्रीड ने इको दे ने बेरे इको फादरा इको मदरा लेटर दे बच्चे ने जी अपने घर दे ने कोई बाहरों नहीं हैगा जी ठीक है होम ब्रीड दे होम ब्रीडिंग दा बच्चा हुंदा बेरे हर टाइम अपने कोले भाईयां दे कोले ते की डिमांड रहंदी भाई इस मतलब किन्नी क डिमांड है ब्रीड दी डिमांड बेरे काफी है जी अपने बच्चा व्यवहार ब्रदर का नंबर है दो ब्रदर जी 99155-042-03 जी ठीक है भाई हाँ जी लो भाई दे नाल संपर्क कर लियो भेज कितने भी सक देंगे ऑल ओवर इंडिया भेज देंगे ऑल इंडिया ट्रांसपोर्ट है कम ठीक है ओके ब्रदर ओके भाई ले वीरो इधर मार कैमरा तुसी फोन गे वीरो तुहानू सोहणी सोहणी चीजा आया भाई नांदी बजे हुण गल आपां वधिया तरीके दे नाल करांगे इहनां दे नाल ऐ दसो जी आपां बच्चे जेडे लेके आएंगे इत्थे बेचण दे लई ले आ जा मतलब के शो दे विच पाएंगे शो दे विच ही अज अपनी इत्थे स्पेशलिटी सी अपना रिंग नहीं होना अच्छा वैसे चलो भैन भाइयों नु मिलना आगे सही गल जान पहचान ही बढ़ जांदी हैगी हां जी हां भाई भैन भाई दे नाल मिलना ने मन होर हो जांदा ते कुछ सिखण नु भी मिल जांदा ना हां जी ठीक है किन्ने डॉग लेके आए जी अज आपां उरे पूरे डॉग जी 5-6 लेके आए 5-6 ठीक है जी जेड़ा अपने उपर जिमे धूरी राजपुरा नाभा पटियाला पिछली बार है ना एज किन्नी कु ਇਹਦੀ 3 ਸਾਲ ਦੀ ਏਜ ਆ 3 ਸਾਲ ਦੀ ਏਜ ਹਾਂਜੀ ਇਹਦੇ ਬੱਚੇ ਕਿਸ ਤਰ੍ਹਾਂ ਰਹੇ ਨੇ ਇਹਦੇ ਬੱਚੇ ਬਹੁਤ ਵਧੀਆ ਰਹੇ ਨੇ ਅੱਛਾ ਹਾਂ ਸੇਲ ਹੋ ਜਾਂਦੇ ਨੇ ਵਧੀਆ ਹਾਂਜੀ ਹਾਂ ਅੱਛਾ ਵਧੀਆ ਮੁੱਲ ਇਹ ਤਾਂ ਐਸੇ ਗਿਫਟ ਜੇ ਜਾਂਦੇ ਨੇ ਸਾਰੇ ਬੱਚੇ ਅੱਛਾ ਹਾਂ ਠੀਕ ਹੈ ਜੀ ਠੀਕ ਹੈ ਲੈ ਹੁਣ ਮੁੰਡੇ ਦੇ ਨਾਲ ਗੱਲਬਾਤ ਕਰ ਲਈਏ ਲੈ ਬਾਈ ਉਹ ਬੇਟੇ ਦੇ ਨਾਲ ਗੱਲਬਾਤ ਕਰਦੇ ਆ ਬਾਈ ਜੀ ਦੇ ਨਾਲ ਇਹਨੂੰ ਕੱਢੋਗੇ ਬਾਈ ਇਹ ਥੋੜਾ ਜਿਆਦਾ ਟੱਪ ਰਿਹਾ ਲੱਗਦਾ ਮੈਨੂੰ ਇਹ ਛੋਟਾ ਲੱਗਦਾ ਇਹਦੇ ਨਾਲੋਂ ਨਾ ਨਾ ਸੇਮ ਹੀ ਨਹੀਂ ਸੇਮ ਹੈ ਹਾਂ ਇਹ ਵੀ 3 ਸਾਲ ਦਾ 1-1 ਲੀਟਰ ਦਿੱਤਾ ਹੋਇਆ ਹੈ ਫੀਮੇਲਾਂ ਨੇ 1-1 ਲੀਟਰ ਹੈ ਹਾਂਜੀ ਠੀਕ ਹੈ ਇਹ ਵੀ ਫੀਮੇਲ ਹੈ ਹਾਂਜੀ ਕੀ ਬਾਤ ਹੈ ਯਾਰ ਵੀ ਚੱਕ ਕੇ ਇਹਨਾਂ ਨੂੰ ਫੜਾ ਲਈਏ ਐ ਜੀ ਕਰਦਾ ਇੱਕ ਵਾਰ ਚੱਕ ਲਈ ਵੱਡਦਾ ਤਾਂ ਨਹੀਂ ਦੰਦੀ ਜੇ ਦੰਦੀ ਵੱਡੂਗਾ ਵੀ ਮੈਨੂੰ ਲੱਗਦਾ ਥੋੜੀ ਜੀ ਵੱਡੂਗਾ ਸੂਈ ਜੀ ਇਹਨਾਂ ਤੋਂ ਹਲਾਉਗਾ ਉਂਗਲੀ ਜਾਣੀ ਹੈ ਇਹ ਮੂੰਹ ਚ ਇਹਨੇ ਕਿਹੜਾ ਬੁਸਕ ਮਾਰਨਾ ਹਾਂ ਇਹ ਤਾਂ ਹੈ ਸਹੀ ਗੱਲ ਹੈ ਨਾ ਇਹ ਆਪਣੀ ਕਿੰਨਾ ਕਦੇ ਲੰਘ ਜਾਂਦਾ ਤੇ ਫਿਰ ਇਹਨਾਂ ਨੂੰ ਸਾਹਮਣੇ ਆ ਜੀ ਸਾਰੀ ਦਿਹਾੜੀ ਇਹਨਾਂ ਚ ਹੁੰਨੇ ਹੀ ਘਰ ਆਪਣੇ ਕੋਲ ਹੈਗੇ 30-35 ਜਾਨਵਰ ਅੱਛਾ ਹਾਂ ਕੱਲੇ ਡੌਗ ਹੀ ਨੇ ਹਾਂਜੀ ਕੱਲੇ ਡੌਗ ਹੀ ਨੇ 30-35 ਡੌਗ ਹੀ ਨੇ ਕੱਲੇ ਹਾਂਜੀ ਹਾਂ ਕਮਾਲ ਕਰਤੀ ਯਾਰ ਬੰਦਿਆਂ ਨੇ ਹੈ 30-35 ਆਪਣਾ ਟੌਇ ਬਰੀਡ ਦਾ ਹੀ ਕੰਮ ਹੈ ਮੈਂ ਸਮਝ ਗਿਆ ਜੀ ਮਾਂ 5-7 ਮੱਝਾਂ ਆਉਣਗੀਆਂ ਵਿੱਚ ਨਾ 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 ਅੱਛਾ ਇਹ ਠੀਕ ਹੈ ਜੀ ਆਪਣਾ ਸਿਟੀ ਯੂ ਟੌਇ ਮਿੰਚਰ 3 ਬਰੀਡਾਂ ਦਾ ਕੰਮ ਆ ਵੀਰ
चलो फिर इन तो रख दो बिच जिहड़ी चीज बारे आपां नूं घट नॉलेज है उहदे बारे आपां रहण नहीं दो इन्हां सारिआं दी एज इक आ जी ये बच्चा ही चार महीने दा ये चार महीने दा है हाँ ये फोर सेल है ग्रोथ होना जिन्नी है जी किस तरह लग रहा ये हैवी बोन च आ गए वीरे अच्छा ये पेंसल साइज आ गई एक स्टार्ट अपना इन्हां नाल दा ते दो स्टार्ट अपने पेंसल साइज दे ने चुस्त बड़ा जी है पूरे एक्टिव होंदे ने वीरे सारे नु एक्टिव रीड इही है मड़ा लुंगली कर दे जा ओ कर देंगे ए आउंदा भज के ਖਿਡਾਉਣਾ ਪੂਰਾ ਵਧੀਆ ਹੈਗਾ ਘਰ ਚ ਖੁੱਲੇ ਰਹਿੰਦੇ ਨੇ ਉਹਦੇ ਕਰਕੇ ਮੈਂ ਕਹਿੰਦਾ ਬੱਚੇ ਨੂੰ ਮੁੱਲ ਦਾ ਖਿਡਾਉਣਾ ਦੇਣ ਦੀ ਬਜਾਏ ਇਹ ਦੇ ਦੇ ਸਾਰੇ ਨੂੰ ਕੀ ਗੱਲ ਆ ਸਾਰੇ ਨੂੰ ਜੀ ਲੱਗਿਆ ਰਹੂਗਾ ਜੀ ਤੋਂ ਇਲਾਵਾ ਵੀਰੇ ਜਿਵੇਂ ਹੁਣ ਨਵੀਂ ਮੰਡੀਰ ਗਲਤ ਪਾਸੇ ਨੂੰ ਜਾ ਰਹੀ ਆ ਹਾਂ ਅਗਰ ਇੱਕ ਇੱਕ ਪਿੱਟ ਪਾਲਿਆ ਜਾਵੇ ਨਾ ਘਰ ਚ ਤਾਂ ਬੱਚਾ ਗਲਤ ਪਾਸੇ ਨਹੀਂ ਜਾਊਗਾ ਸਹੀ ਗੱਲ ਇਹਦੇ ਦਿਮਾਗ ਮੁਤਾਬਕ ਆਪਦਾ ਦਿਮਾਗ ਢਾਲ ਲਊਗਾ ਨਾ ਬੰਦਾ ਸਹੀ ਗੱਲ ਆ ਇਹ ਤਾਂ ਗੱਲ ਲੱਖ ਰੁਪਏ ਦੀ ਆ ਵੀ ਪਹਿਲਾ ਬੰਦਾ ਕੁਛ ਨਾ ਕੁਛ ਪੁੱਠਾ ਕਰੂਗਾ ਜਾਂ ਖੁਦਕੁਸ਼ੀ ਕਰੂਗਾ ਮਤਲਬ ਕਿ ਜਦੋਂ ਕੰਮ ਨਹੀਂ ਮਿਲਦਾ ਨਾ ਇਹ ਚੀਜ਼ਾਂ ਮਤਲਬ ਜ਼ਰੂਰ ਗੌਰ ਕਰਨੀ ਚਾਹੀਦੀ ਆਪਣੇ ਵੀਰਾਂ ਨੂੰ ਚਲੋ ਚੀਜ਼ ਦੇ ਨਾਲ ਜੁੜਨਾ ਪਿਆਰ ਪਾਉਣਾ ਚੰਗੀ ਗੱਲ ਹੈ ਨਾ ਠੀਕ ਹੈ ਬਾਈ ਜੀ ਧੰਨਵਾਦ ਥੈਂਕ ਯੂ ਚੱਲਦੇ ਹੁਣ ਆਪਾਂ ਅੱਗੇ ਬਹੁਤ ਧੰਨਵਾਦ ਕਰਦੇ ਚਾਹ ਪਾਣੀ ਬਸ ਜੀ ਚੱਲ ਲਓ ਵੀਰੋ ਬਾਈ ਜੀ ਦੇ ਨਾਲ ਗੱਲਬਾਤ ਹੋਰ ਕਰਦੇ ਹਾਂ ਆਪਾਂ ਅਤੇ ਕੀ ਆ ਬਾਈ ਦੇ ਕੋਲ ਵੇਚਣ ਦੇ ਲਈ ਬਾਈ ਜੀ ਕੀ ਨਾਮ ਮੇਰੇ ਨਾਂ ਬਲਕਾਰ ਸਿੰਘ ਆ ਜੀ ਪਿੰਡ ਕਿਹੜਾ ਸਰਹੰਦ ਤੋਂ ਜੀ ਸਰਹੰਦ ਕੀ ਵਿਕਾਊ ਆਪਣੇ ਕੋਲ ਆਪਣੇ ਕੋਲ ਅਮੈਰੀਕਨ ਬੁਲੀ ਦੇ ਬੱਚੇ ਨੇ ਜੀ ਅਮੈਰੀਕਨ ਬੁਲੀ ਆ ਹਾਂ ਜੀ ਅਮੈਰੀਕਨ ਬੁਲੀ ਨੇ ਜੀ ਅੱਛਾ ਕਿੰਨੀ ਕਿੰਨੀ ਏਜ ਆ ਇਹਨਾਂ ਦੀ ਇਹ ਹੋ ਗਈ 45 ਡੇਜ਼ ਦੇ ਜੀ 45 ਦਿਨ ਦੇ ਅੱਜ ਜੀ ਹੋਮ ਬਰੀਡਿੰਗ ਹੈ ਹਾਂ ਹੋਮ ਬਰੀਡਿੰਗ ਆ ਘਰ ਦੇ ਬੱਚੇ ਨੇ ਘਰ ਦੇ ਬੱਚੇ ਨੇ ਠੀਕ ਹੈ ਕੀ ਡਿਮਾਂਡ ਰਹੂ ਇਹਦੀ ਬਾਈ ਇਹ ਡਿਮਾਂਡ ਹੈਗੀ 30,000 ਰੁਪਏ ਜੀ ਫੀਮੇਲ ਲਈ 30,000 ਰੁਪਏ ਜਿਹੜਾ ਉਹ ਵੀ ਉਹ ਸੇਲ ਹੈ ਹਾਂ ਜੀ ਹਾਂ ਸਭ ਸੇਲ ਤੇ ਹੀ ਨੇ ਜੀ ਸਭ ਸੇਲ ਤੇ ਹਾਂ ਆਪਣਾ ਹੀ ਪੁੱਤੋ ਹੈ ਹਾਂ ਬੱਚੇ ਆਏ ਹੋਏ ਨੇ ਭਾਈ ਇਹ ਆਪਣੇ ਬੱਚੇ ਨੇ ਹਾਂ ਜੀ ਹਾਂ ਆਪਣੇ ਬੱਚੇ ਠੀਕ ਹੈ ਇਹ ਫੀਮੇਲ ਹੈ ਇਹ ਮੇਲ ਹੈ ਜੀ ਇਹ ਮੇਲ ਹੈ ਹਾਂ ਇਹਨੂੰ ਕੀ ਕਹਿੰਦੇ ਆਪਾਂ ਇਹ ਵੀ ਅਮਰੀਕਨ ਬੁਲੀ ਨਹੀਂ ਇਹ ਵੀ ਅਮਰੀਕਨ ਬੁਲੀ ਹੈ ਆਪਣਾ ਕੰਮ ਲੈ ਬੱਚੇ ਜਾਦੇ ਵਜਾ ਨਾ ਬੱਚੀ ਪਤਾ ਨਹੀਂ ਕਿਵੇਂ ਚੱਕੀ ਖੜੀ ਹੈ ਆਪਣਾ ਜ਼ਿਆਦਾਤਰ ਅਮਰੀਕਨ ਬੁਲੀ ਦਾ ਹੀ ਕੰਮ ਆ ਜੀ ਅਮਰੀਕਨ ਬੁਲੀ ਦਾ ਠੀਕ ਹੈ ਤੇ ਜਿਹੜੇ ਆ ਬੱਚੇ ਨੇ ਇਹ ਵੀ ਅਮਰੀਕਨ ਬੁਲੀ ਦੇ ਨੇ ਇਹ ਭਾਈ ਭੈਣੇ ਨਹੀਂ ਭਾਈ ਤਿੰਨ ਮੇਲ ਨਹੀਂ ਆ ਇੱਕ ਫੀਮੇਲ ਆ ਇੱਕਾ ਜ਼ਿਆਦਾ ਛੋਟਾ ਨਹੀਂ ਲੱਗ ਰਿਹਾ ਉਹ ਵੀ ਫੀਮੇਲ ਆ ਇਹ ਫੀਮੇਲ ਆ ਸੌਰੀ ਇਹ ਪਤਾ ਕੀ ਹੈ ਇਹ ਮੈਕਰੋ ਤੋਂ ਕਰਾਈ ਹੋਈ ਹੈ ਬਰੀਡ ਚ ਜਾਣਗੇ ਬੱਚੇ ਥੋੜੇ ਹੀ ਹਾਈਟ ਕਰਨਗੇ ਜਿਹੜੇ ਬੜੇ ਨੇ ਅੱਛਾ ਇਹ ਛੋਟੇ ਰਹਿਣਗੇ ਜੀ ਇਹਨਾਂ ਦਾ ਤਾਂ ਹੀ ਰੇਟ ਜ਼ਿਆਦਾ ਜੀ ਇਹਨਾਂ ਦਾ ਘੱਟ ਆ ਇਹਨਾਂ ਦਾ 18,000 ਰੁਪਇਆ ਮੇਲ ਦਾ ਜੀ ਇਹਦਾ ਜ਼ਿਆਦਾ ਹੈ ਨਾ ਇਹਦਾ ਜ਼ਿਆਦਾ ਹੈ ਉਹ ਫੀਮੇਲ ਦਾ ਵੀ ਜ਼ਿਆਦਾ ਆ ਦਿਖਾਓ ਇਹ ਛੋਟਾ ਜਿਹਾ ਸਾਰਿਆਂ ਨੂੰ ਇਹ ਵੀ ਫੀਮੇਲ ਹੈ ਦਾ ਰੇਟ ਵੀ ਜ਼ਿਆਦਾ ਹੈ ਅੱਛਾ ਇਹਦਾ ਕੱਦ ਵੀ ਘੱਟ ਰਹੂਗਾ ਹਾਂ ਇਹਦਾ ਕੱਦ ਵੀ ਘੱਟ ਰਹੂਗਾ ਇਹਦਾ ਘੱਟ ਕੱਦ ਵੀ ਘੱਟ ਰਹੂ ਇਹਦੀ ਡਿਮਾਂਡ ਕੀ ਰਹੂਗੀ ਇਹਦੀ ਵੀ 19-25,000 ਰੁਪਏ ਜੀ ਲਓ ਬਾਈ ਉਹ ਦੇਖ ਸਕਦੇ ਹੋਗੇ ਬਹੁਤ ਸੋਹਣੇ ਪਿਆਰੇ ਪਿਆਰੇ ਦੇਖਣ ਨੂੰ ਲੱਗ ਰਹੇ ਨੇਗੇ ਖੁਰਾਕ ਕੀ ਖਵਾਉਣੇ ਬਾਈ ਇਹਨਾਂ ਨੂੰ ਫਿਰ ਬਸ ਪੈਟਾਗਰੀ ਬਾਕੀ ਹੋਮਮੇਡ ਜਿਹੜੀ ਹੁੰਦੀ ਹੈ ਘਰ ਦੀ ਦੁੱਧ ਦਹੀਂ ਕਈ ਵਾਰ ਚਿਕਨ ਚੁਕਨ ਹੁੰਦਾ ਹਾਂ ਚਿਕਨ ਬੜੇ ਬੱਚਿਆਂ ਨੂੰ ਪਾਉਂਦੇ ਆ ਜੀ ਛੋਟਿਆਂ ਨੂੰ ਬਾ ਬੜਿਆਂ ਨੂੰ ਤਾਂ ਪਾਉਂਦੇ ਆ ਅੱਛਾ ਬਈ ਕਿਦੋਂ ਚਿਕਨ ਸ਼ੁਰੂ ਕੋਈ ਕਰਦੇ ਹੁੰਦੇ ਇਹਨਾਂ ਨੂੰ ਮਤਲਬ ਚਿਕਨ ਇਹਨਾਂ 3 ਮਹੀਨੇ ਤੋਂ ਪਾਉਣਾ ਸ਼ੁਰੂ ਕਰਾਂਗੇ ਹਲੇ ਨਹੀਂ ਪਾਉਂਦੇ ਹਾਂ ਹਲੇ ਨਹੀਂ ਆ ਹਾਂ ਹਲ ਤਾਂ ਬੱਚੇ ਨੇ ਕਿਉਂ ਪਾਰਪ ਹੋਣ ਦਾ ਖਤਰਾ ਰਹਿੰਦਾ ਫਿਰ ਇਹਨਾਂ ਨੂੰ ਆ ਬੱਚਿਆਂ ਨੂੰ ਕਿੰਨਾ ਸ਼ੌਂਕ ਆਪਣੇ ਨੂੰ ਇਹ ਬੱਚੇ ਪੂਰੇ ਸ਼ੌਂਕ ਨਹੀਂ ਲੈ ਉਰਾਂ ਦੇ ਬੱਚੇ ਓਏ ਫੜਾ ਦੇ ਫੜਾ ਰਹੇ ਇਹਨੂੰ ਖੋ ਹੋਣਾ ਮੈਂ ਤਾਂ ਇਹਦੀ ਵੀਡੀਓ ਬਣਾਉਣੀ ਐ ਐਚੋ ਕੱਢ ਲਾ ਹਾਂ ਕੀ ਨਾਮ ਪੁੱਤ ਇਸ਼ਮੀਤ ਕੌਰ ਇਸ਼ਮੀਤ ਕੌਰ ਕਿਹੜੀ ਕਲਾਸ ਚ ਪੜ੍ਹਦੇ ਆ 6th ਕਲਾਸ ਚ ਕਿੰਨਾ ਕੁ ਸ਼ੌਂਕ ਰੱਖਦੇ ਹੋ ਡੌਗ ਦਾ ਬਹੁਤ ਅੱਛਾ ਸਕੂਲ ਤੋਂ ਆ ਕੇ ਇਹਨਾਂ ਨਾਲ ਖੇਡਦੇ ਹੋ ਕਿੰਨਾ ਕੁ ਟਾਈਮ ਖੇਡਦੇ ਹੋ ਇਹਨਾਂ ਨਾਲ ਹਾਫ ਐਨ ਆਰ ਹਾਂ ਸਾਰਾ ਦਿਨ ਅੱਛਾ ਸਕੂਲ ਫਿਰ ਟਿਊਸ਼ਨ ਵੀ ਜਾਣਾ ਹੁੰਦਾ ਟਿਊਸ਼ਨ ਵੀ ਜਾਣਾ ਹੁੰਦਾਗਾ ਫਿਰ ਕਰੋਨਾ ਦੇ ਵੇਲੇ ਤਾਂ ਸਕੂਲ ਬੰਦ ਸੀ ਫਿਰ ਇਕੱਲੇ ਡੌਗ ਨਾਲ ਹੀ ਖੇਡੇ ਜਿੱਦ ਕਰਕੇ ਆਏ ਨੇ ਅੱਛਾ ਜਿੱਦ ਕਰਕੇ ਆਏ ਨੇ ਜਵਾਕ ਸ਼ੌਂਕ ਹੀ ਬੜਾ ਲੱਗਾ ਬੱਚਿਆਂ ਨੂੰ ਹੈ ਅੱਛਾ ਘਰ ਕਿੰਨੇ ਕੁ ਤੂਰੇ ਨੇ ਤੇਰੇ ਕੋਲ ਇਹਦੇ ਇਹਦੇ ਨਾਲ ਦੇ ਕਿੰਨੇ ਕੁ ਤੂਰੇ ਨੇ ਤੇਰੇ ਕੋਲ ਅੱਜ ਨਹੀਂ ਲਿਆਂਦੇ ਨੇ ਸਾਰੇ ਲੈ ਜਾਂਦੇ ਠੀਕ ਹੈ ਬਾਕੀ ਵੱਡੇ ਨੇ ਠੀਕ ਹੈ ਬੱਚੇ ਓਕੇ ਬੇਟਾ ਥੈਂਕ ਯੂ
वीडियो वीरो किवें लगी कमेंट करके जरूर दस्यो, वधिया लगे तां शेयर करो तां जो होर वीरां तक पहुंच सके। कई वीरां ने खरीदने हुंदे नेगे जां बेचने हुंदे नेगे, जिवें भी गलबात ओह वीरां तक वीडियो जिहड़ी अपनी पहुंचनी चाहीदी है। नवीं वीडियो देखण दे लई चैनल ते जरूर जुड़े रहना। धन्नवाद।